ਮੈਂ ਸਾਰੇ ਸਵੇਰੇ ਮੈਂ ਜਦੋਂ ਇੱਥੋਂ ਆਇਆ ਮੈਂ ਘਰੋਂ ਆਪਣੇ ਘਰੋਂ ਉੱਥੋਂ ਪਿੰਡੋਂ ਆਇਆ ਮੈਂ ਆਪਣੀ ਮੇਰਾ ਇੱਥੇ ਨਾ ਫੈਲ ਖੁਲਾਈ ਸੀ ਨਸ਼ਾ ਛਡਾਉਣ ਵਾਲੀ ਅਤੇ ਇੱਥੋਂ ਦਵਾਈ ਲੈ ਗਿਆ ਸਿਵਲ ਹੋਸਪਿਟਲੋਂ ਮੈਂ ਅਤੇ ਇੱਥੋਂ ਮੈਨੂੰ ਥੋੜ੍ਹਾ ਜਿਹਾ ਲੇਟ ਜਿਹਾ ਹੋ ਗਿਆ ਮੈਂ 10:30-11 ਵਜੇ ਨਾਲ ਪਹੁੰਚਿਆ ਘਰ ਜਦੋਂ ਮੈਂ ਤਾਂ ਆਪਣੇ ਬੇਟੇ ਨੂੰ ਪੁੱਛਿਆ ਮੈਂ ਚਾਹ ਚੂ ਪੀਤੀ ਕਿ ਨਹੀਂ ਚਾਹ ਚੂ ਨਹੀਂ ਮੈਂ ਸਵੇਰੇ ਬਣਾ ਕੇ ਜਾਂ ਉੱਦਾਂ ਮੈਂ ਚਾਹ ਬਣਾ ਕੇ ਵੀ ਕਈ ਮੌਕੇ ਉਹਨਾਂ ਨਾਲ ਕਈ ਮੌਕੇ ਨੇ ਉਸ ਤੋਂ ਬਾਅਦ ਮੈਂ ਦੇਖਿਆ ਜਾ ਕੇ ਵੀ ਮਤਲਬ ਬ੍ਰਦਰ ਮੇਰਾ ਜਿਹੜਾ ਹੈ ਉਹਦੀ ਲਾਸ਼ ਦੇਖੀ ਪਈ ਉਹ ਨਹੀਂ ਖੂਨ 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 ਹੋਇਆ ਪਿਆ ਸੀ ਸਿਰ ਵਿੱਚ ਸੱਟ ਲੱਗੀ ਸੀ ਮੈਂ ਡਾਕਟਰ ਲਿਆਂਦਾ ਡਾਕਟਰ ਨੇ ਵੀ ਆਣ ਕੇ ਮੈਂ ਦਿਖਾਇਆ ਚੈੱਕ ਕਰਾਇਆ ਡਾਕਟਰ ਮੇਰੇ ਤੋਂ ਪਿੰਡ ਲੱਗ ਹੋਈ ਅਤੇ ਉਹਨਾਂ ਨੇ ਕਿਹਾ ਵੀ ਨਹੀਂ ਹੈ ਨਹੀਂ ਇਹਦੀ ਕਿਸੇ 'ਤੇ ਸ਼ੱਕ ਸ਼ੱਕ ਹੁਣ ਬਸ ਉਹੀ ਹੈ ਜਿੱਦਾਂ ਇਹ ਪਰਚਾ ਐਕਰਾਂ ਕਰਾਇਆ ਜਿਹੜੀ ਕੋਰਟ ਮੈਰ ਜਿੱਦਾਂ ਹੋਈ ਜਿਹਦੀ ਅਤੇ ਉਹਨਾਂ ਨੇ ਮੁੜ ਕੇ ਇਹਨੂੰ ਧਮਕੇ ਧਮਕੇ ਲਾਉਂਦੇ ਸੀ ਉਹਦੇ ਮਾਂ ਪਿਓ ਨੇ ਮੁੜ ਕੇ ਕੁੜੀ ਨੂੰ ਹੋਰ ਕਿਤੇ ਵਿਆਹਤਾ ਸੀ ਉਹਦੇ ਉਹਦੇ ਪਥੋਰੇ ਪਰਿਵਾਰ ਉਹ ਇੱਥੋਂ ਦੇ ਆਪੇ ਨਜ਼ਦੀਕੀ ਬਟਾਲਾ ਲਾਗੇ ਜਾ ਗਏ ਬਟਾਲੇ ਦੇ ਲਾਗੇ ਜਾ ਕੇ ਨਹੀਂ ਇਹ ਨਹੀਂ ਪਤਾ ਕੋਈ ਕਲੋਨੀ ਕਲੋਨੀ ਮੁਹੱਲੇ ਦਾ ਨਹੀਂ ਮੈਨੂੰ ਪਤਾ ਮਨਦੀਪ ਸਿੰਘ ਮੰਨਾ ਨਾਂ ਦਾ ਵਿਅਕਤੀ ਮੁੰਡਾ ਸੀ ਕੋਈ 32-33 ਸਾਲ ਦੀ ਉਮਰ ਸੀ ਉਹ ਰਾਤ ਨੂੰ ਆਪਣੇ ਘਰ 'ਚ ਇਕੱਲਾ ਸੁੱਤਾ ਪਿਆ ਸੀ ਅਤੇ ਉਹਨੂੰ ਕੋਈ ਅਨਨੋਨ ਬੰਦਿਆਂ ਨੇ ਨਾ ਸਿਰ 'ਚ ਸੱਟਾਂ ਮਾਰ ਕੇ ਅਤੇ ਉਹਦੀ ਡੈਥ ਕਰਤੀ ਆ ਵੈਸੇ ਤਫਤੀਸ਼ ਚੱਲਦੀ ਵੀ SHO ਸਾਹਿਬ ਖੁਦ ਕਰਨ ਦੇ ਸਿਵਲ ਲਾਈਨ ਬਟਾਲਾ ਬਾਕੀ ਜੋ ਵੀ ਕਾਰਵਾਈ ਹੋਏਗੀ ਉਹ ਅਮਲ ਵਿੱਚ ਲਿਆਉਂਦੇ ਉਹਨਾਂ ਦੇ ਬ੍ਰਦਰ ਦੇ ਬਿਆਨਾਂ 'ਤੇ ਜਿਹੜਾ FIR ਦਰਜ ਕਰਵਾਈ।